प्यारी गुरुद्वारे साध संगत जी 1699 दी विसाखी नूं ध्यान विच रखके गज के खड़े खड़े बुलाओ वाहेगुरु जी का खालसा वाहेगुरु जी की फतेह। एक 80 दहाके विच एमरजेंसी लगी सी ते दूजी फोन लगी पई है, तुहानूं सारयां नूं अहसास हो ही रिहा होवेगा। एनएसए जिथे वारिस पंजाब दे जथेबंदी उत्ते लग्गिया ते उत्थे ही एनएसए किते ना किते पंजाब दे पंजाबी मीडिया उत्ते वी लग्गिया है सिद्धे ही असलीते तौर ते, क्योंकि अगर एनएसए डाके उहनां नूं आसाम दीआं जेलां च सुट दित्ता गया कोई नोटिफिकेशन नहीं, क्योंकि खुपी पुलिस प्रशासन भी जानता है कि अमरपाल जदों भी घरों निकलता सीगा दस के निकलता सी आई जी साहब नूं कि अज दा शेड्यूल की है, जैसे कोई अरेस्ट करना होंदा बड़े आराम नाल कीता जा सकदा सी, कहीं भी किसी भी थां ते कीता जा सकदा सी। उदां ही जिदा इन्ना वड्डा नैरेटिव सजा के बना के पूरे पंजाब नूं दहशत च पाया, इंटरनेट बंद करता, सारियां सेवावां ठप्प करतीआं, इंटरनेशनल ਪਰ ਬਾਹਰ ਜਿਹੜੇ ਬੈਠੇ ਨੇ ਤੁਹਾਡੇ ਇਲਾਵਾ ਉਹਨੂੰ ਲੱਗਦਾ ਸਾਰੀਆਂ ਪਾਰਟੀਆਂ ਗਲੀਆਂ
ਅਕਾਲੀ ਦਲ ਨੇ ਬੇੜਾ ਗਰਕ ਕੀਤਾ ਸਿੱਖ ਕੌਮ ਦਾ, ਹੁਣ ਵਾਂਗੂ ਖਾ ਲਿਆ। ਕਾਂਗਰਸ ਨੇ ਅਕਾਲ ਤਖ਼ਤ ਧਰਾਤਾ। ਆਮ ਆਦਮੀ ਪਾਰਟੀ ਨੂੰ 92 ਐਮਐਲਏ ਦੇ ਕੇ ਤੁਸੀਂ ਚੰਨ ਤੇ ਚਾੜਿਆ ਸੀਗਾ ਤੇ ਉਹਨਾਂ ਨੇ ਤੁਹਾਨੂੰ ਪਾਣੀ ਪਾਣੀ ਵੀ ਕਰਾ ਦਿੱਤੀ ਤੇ ਹੁਣ ਬਚੇ ਸੀ ਬਚੇ ਸਿੰਘ ਮਾਨ। ਜੇ ਤੁਹਾਨੂੰ ਇਹਨਾਂ ਵਿੱਚ ਕੋਈ ਕਮੀ ਲੱਗਦੀ ਫਿਰ ਮੈਂ ਇੱਕੋ ਹੀ ਐਗਜ਼ਾਮਪਲ ਦੇਵਾਂਗਾ ਤੁਹਾਨੂੰ। ਇੱਕ ਹੁੰਦਾ ਕਿ ਬੈਸਟ ਚੋਂ ਬੈਸਟ ਚੂਜ਼ ਕਰਨਾ, ਗੁੱਡ ਬੈਟਰ ਬੈਸਟ ਹੁੰਦਾ। ਇੱਕ ਹੁੰਦਾ ਬੈਡ, ਠੀਕ ਹੈ, ਮਾੜਿਆਂ ਦੇ ਵਿੱਚ ਵੀ ਕੈਟਾਗਰੀ ਫਰੀ ਹੈ ਨਾ। ਤੇ ਮੈਂ ਤੁਹਾਨੂੰ ਇੱਕੋ ਹੀ ਐਗਜ਼ਾਮਪਲ ਦੇਵਾਂਗਾ ਜਿਹੜੇ ਬਾਹਰ ਸੁਣਦੇ ਆ। ਮਾੜਿਆਂ ਦੇ ਵਿੱਚ ਸਭ ਤੋਂ ਚੰਗਾ ਲੱਭੋ, ਤੁਹਾਨੂੰ ਕਿਹੜਾ ਲੱਗਦਾ ਉਹਨੂੰ ਵੋਟ ਪਾ ਦਿਓ। ਜਿਹੜਾ ਸਭ ਤੋਂ ਘੱਟ ਮਾੜਾ ਲੱਗੇ ਉਹਨੂੰ ਦੇਖ ਲਓ ਕਿਹੜਾ ਆ ਆਪਣੇ ਆਪ। ਹੁਣ ਜਿੱਥੇ ਤੱਕ ਰਹੀ ਨੈਸ਼ਨਲ ਮੀਡੀਆ ਦੀ ਗੱਲ, ਉਹਨਾਂ ਨੇ ਜੋ ਕੀਤਾ ਹੁਣ ਕੁਝ ਇਤਿਹਾਸ ਨਾਲ ਜੁੜੀਆਂ ਹੋਈਆਂ ਗੱਲਾਂ ਮੈਂ 2 ਮਿੰਟ ਸਿਰਫ ਹੋਰ ਲਾਉਂਗਾ, ਕਿਉਂਕਿ ਪਿੱਛੇ ਜੇ ਸਾਡੀਆਂ ਸਿੱਖ ਰਿਆਸਤਾਂ ਨੂੰ ਲੈ ਕੇ ਬੜਾ ਵਵਾਲ ਮਚਿਆ ਅੰਮ੍ਰਿਤਪਾਲ ਦੀ ਗੱਡੀ ਦੇ ਵਿੱਚੋਂ ਜਾਂ ਜੋ ਵੀ ਇਹਨਾਂ ਨੇ ਪ੍ਰੋਜੈਕਟ ਕੀਤਾ ਮਿਲਿਆ ਨਹੀਂ ਮਿਲਿਆ, ਠੀਕ ਹੈ, ਉਹ ਬਾਅਦ ਦੀਆਂ ਗੱਲਾਂ, ਕਿਉਂਕਿ ਸਟੇਜ ਤੇ ਜੋ ਕਰ ਰਹੇ ਆ ਉਹ ਤੁਹਾਡੇ ਲਾਗੇ ਦੇ ਥੱਲੇ ਉਦੋਂ ਡਰ ਜਾਣਾ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਤੁਹਾਡੇ ਆਪਣੇ ਨਾਲ ਖੜਿਆ ਹੋਇਆ ਤੁਹਾਡਾ ਸਗਾ ਯਾਰ ਕਦੋਂ ਤੁਹਾਡੇ ਪਿੱਠ ਤੇ ਛਲਾ ਮਾਰ ਰਿਹਾ, ਕਿਹਦੇ ਅੱਗੇ ਗਏ ਤੇ ਕਿੱਥੇ ਟੋਰ ਰਿਹਾ ਤੁਹਾਨੂੰ ਨਹੀਂ ਪਤਾ। ਸਟੇਜਾਂ ਉੱਤੇ ਸੱਜੇ ਹੋਏ ਤੁਹਾਡੇ ਜਿੰਨੇ ਵੀ ਪੰਥਕ ਆਗੂ ਗੱਤਰੇ ਚੋਣਿਆਂ ਵਾਲੇ ਉਹ ਕਿੰਨੇ ਜਾ ਕੇ ਅੱਜ ਕਿਸੇ ਆ ਸੈਂਟਰ ਦੇ ਤਲਵੇ ਚੱਲ ਰਹੇ ਤੁਹਾਨੂੰ ਨਹੀਂ ਪਤਾ ਹੋਊਗਾ। ਪਤਾ ਉਦੋਂ ਲੱਗੇਗਾ ਜਦੋਂ ਤੁਹਾਡੇ ਪਿੱਠ ਤੇ ਛੁਰਾ ਆਰ ਪਾਰ ਹੋ ਚੁੱਕਿਆ ਹੋਵੇਗਾ, ਤਾਂ ਕਿ ਤੁਸੀਂ ਕਿਸ ਨੂੰ ਦੱਸਣ ਜੋ ਕਿ ਵਿਹਾਰ ਹੋ। ਹੁਣ ਇਹਨਾਂ ਨੇ ਜੋ ਕੀਤਾ ਆ ਜੋ ਕਰ ਰਹੇ ਆ ਰਿਆਸਤਾਂ ਦੇ ਝੰਡੇ ਸੀਗੇ। ਮੈਂ ਸਿੰਪਲ ਜਿਹੀ ਇੱਕ ਚੀਜ਼ ਪੁੱਛ ਰਿਹਾ ਆ, ਅਗਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1839 ਵਿੱਚ ਉਜੜਿਆ ਆਪਣਿਆਂ ਨੇ ਉਜਾੜਿਆ, ਉਸ ਤੋਂ ਬਾਅਦ ਸਿੱਖ ਰਿਆਸਤਾਂ ਕਿੱਦਾਂ ਬਚੀਆਂ ਰਹਿ ਗਈਆਂ? ਸਿੱਖ ਰਿਆਸਤਾਂ ਤੋਂ ਅੰਗਰੇਜ਼ਾਂ ਨੇ ਕੰਮ 1823-24 ਚ ਹੀ ਲੈਣਾ ਸ਼ੁਰੂ ਕਰਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਜਾੜਨ ਵਿੱਚ ਇਹ ਸਿੱਖ 7 ਰਿਆਸਤਾਂ ਦਾ ਸਭ ਤੋਂ ਵੱਡਾ ਹੱਥ ਸੀ। ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਬ੍ਰਿਟਿਸ਼ ਗਵਰਨਮੈਂਟ ਦੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਸੱਤਾਂ ਦੇ ਸਾਰੇ ਰਿਆਸਤਾਂ ਦੇ ਰਾਜਿਆਂ ਦੀਆਂ ਮੇਵਾਂ ਦੇ ਨਾਲ ਫੋਟੋਆਂ ਨੇ ਕਿ ਉਹਨਾਂ ਨੇ ਕਿੱਦਾਂ ਉਹ ਗਾਣੇ ਕੀਤੇ ਸੀ। ਇੱਕ ਇੱਕ ਐਵੀਡੈਂਸ ਦੇ ਗੱਲ ਕਰ ਰਹੇ ਆ ਤੇ ਇੱਕ ਹੋਰ ਬਹੁਤ ਵੱਡੀ ਚੀਜ਼ ਪ੍ਰਚਲਿਤ ਕੀਤੀ ਗਈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਅਕਾਲੀ ਬਾਲੀਆ ਸਿੰਘ ਨੇ ਲਾਈ ਸੀ, ਕੋਈ ਸਜ਼ਾ ਨਹੀਂ ਸੀ ਲਾਈ। ਉਹ ਸਿਰਫ ਇਹਨਾਂ 7 ਰਿਆਸਤਾਂ ਦੇ ਰਾਜਿਆਂ ਨੇ ਪ੍ਰਚਲਿਤ ਕੀਤਾ ਸੀ ਕਿ ਅਸੀਂ ਤਾਂ ਕਰੈਕਟਰਲੈਸ ਹੈਗੇ ਆ, ਚਰਿੱਤਰਹੀਣ ਹੈਗੇ ਆ, ਸਾਡਾ ਤਾਂ ਕੋਈ ਅਸਤਿਤਵ ਨਹੀਂ, ਅਸੀਂ ਉਸ ਰਾਜ ਦਾ ਕਿਉਂ ਛੱਡੀਏ ਜਿਹਨੇ ਪੰਜਾਬ ਪੂਰਾ ਮਹਾਂ ਪੰਜਾਬ ਸਾਂਭਿਆ ਤੇ ਅੱਜ ਦੁਨੀਆ ਦਾ ਬੈਸਟ ਕਿੰਗਡਮ ਅੱਜ ਵੀ ਯੂਕੇ ਦੀ ਯੂਨੀਵਰਸਿਟੀ ਚ ਪੜ੍ਹਾਇਆ ਜਾਂਦਾ ਹੈ। ਬੈਸਟ ਕਿੰਗਡਮ ਆਫ ਵਰਲਡ ਮਹਾਰਾਜਾ ਰਣਜੀਤ ਸਿੰਘ। ਰਿਆਸਤਾਂ ਦੇ ਝੰਡਿਆਂ ਵਿੱਚ ਸਾਨੂੰ ਨਹੀਂ ਲੜਨਾ ਚਾਹੀਦਾ, ਸਾਡਾ ਜਿਹੜਾ ਅਸਲ ਨਿਸ਼ਾਨ ਹੈ ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਹਿੰਦਾ ਕਾਰਜਕਾਰੀ ਨੂੰ, ਅਸੀਂ ਤਾਂ ਜਥੇਦਾਰ ਜਗਤਾਰ ਸਿੰਘ ਹਵਾਲਾ ਨੂੰ ਮੰਨਦੇ ਹਾਂ ਕਿਉਂਕਿ ਪੰਥ ਨੇ ਚੁਣਿਆ ਉਹਨਾਂ ਨੂੰ, ਸਰਬੱਤ ਖਾਲਸਾ ਨੇ ਚੁਣਿਆ ਉਹਨਾਂ ਨੂੰ। ਪਰ ਫਿਰ ਵੀ ਜੇ ਗਿਆਨੀ ਹਰਜੀਤ ਸਿੰਘ ਆਪਣੇ ਆਪ ਨੂੰ ਕਹਿੰਦੇ ਨੇ ਕਿ ਕਾਰਜਕਾਰੀ ਜਥੇਦਾਰ ਨੇ ਬਾਦਲਾਂ ਦੇ ਕਿਸੇ ਧਿਰ ਦੇ ਪੈਰ ਦੀ ਜੁੱਤੀ ਨਹੀਂ ਹੈ, ਤਾਂ ਮੈਂ ਕਹਿੰਦਾ ਕਿ ਸਾਡਾ ਰਵਾਇਤੀ ਨਿਸ਼ਾਨ ਆਇਆ ਮੈਂ ਪਹਿਲਾਂ ਵੀ ਦਿਖਾਉਣਾ ਹੁੰਦਾ ਹੈ, ਇਹ ਆ ਸਾਡਾ ਅਸਲ ਨਿਸ਼ਾਨ ਜੋ ਗੁਰੂ ਕਲਗੀਧਰ ਲੈ ਕੇ ਚੱਲਦੇ ਸੀ, ਜੋ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸੋਨੇ ਦੇ ਉੱਤੇ ਆਇਆ, ਜੋ ਮਹਾਰਾਜਾ ਰਣਜੀਤ ਸਿੰਘ ਲੈ ਕੇ ਚੱਲਦੇ ਸੀ। ਉਸ ਤੋਂ ਬਾਅਦ ਜਿੰਨੇ ਡੰਡੇ ਜਿੰਨੇ ਝੰਡੇ ਦਿਖਾਏ ਗਏ ਉਹ ਅੰਗਰੇਜ਼ਾਂ ਨੇ ਜਾਂ ਮਹੰਤਾਂ ਨੇ ਜਾਂ ਸਾਡੇ ਅਥਾਪੀ ਪ੍ਰਚਾਰਕਾਂ ਨੇ, ਉਹਨਾਂ ਨੇ ਹੀ ਕਿਹਾ। ਅੰਤ ਤਾਂ ਜ਼ੋਰ ਇਹਨਾਂ ਕਹਿ ਕੇ ਸਵਾਗਤ ਕਰਦਾ ਕਿ ਪੰਜਾਬ ਹੈ, ਕਹਿੰਦੇ ਮੈਂ ਰਿਹਾ ਪਹਿਲਾਂ ਦਿਲ ਤੋਂ ਜਾਂਦਾ, ਮੈਂ ਹੁਣ ਗੁਲਾਬ ਦਾ ਫੁੱਲਦਾ, ਮੇਰੇ ਲਹੂ ਦੇ ਲੱਖ ਦਰਿਆਵਾਂ ਦਾ ਅੱਜ ਪਾਣੀ ਦੇਣਾ ਬੋਲਦਾ, ਅੱਜ ਇੱਕ ਨਹੀਂ ਕਈ ਨਾਦਰ ਸ਼ਾਹ ਮੇਰੀ ਹਿੱਕ ਤੇ ਖਾਲੂ ਪਾ ਰਹੇ, ਮੇਰੇ ਕਿਰਨੇ ਨੇ ਰਣਜੀਤ ਅੱਜ ਢੋਲ ਤੇ ਢੋਲੇ ਗਾ ਰਹੇ, ਮੈਨੂੰ ਰੰਗ ਨਹੀਂ ਅਬਦਾਲੀਆ ਤੋਂ ਚੋਰਾ ਹੈ ਉੱਲਾ ਸਿੰਘ, ਮੈਨੂੰ ਰੱਬ ਦਾ ਨਹੀਂ ਅਬਦਾਲੀਆ ਚੋਂ, ਮੇਰੀ ਹਿੱਕ ਤੇ ਖਾਲੂ ਨਾ ਪਾਓ, ਮੇਰੀ ਛਾਤੀ ਵਿੱਚ ਡਾਢੀ ਪੀੜ ਹੈ, ਕਿੱਥੇ ਫੜ ਕੇ ਮੇਰੇ ਪੀਰਿਓ, ਮੈਨੂੰ ਮੇਰੀ ਛਾਤੀ ਤੇ ਅੱਜ ਟੋਕਰਿਆਂ ਦੀ ਪੀੜ ਹੈ, ਮੈਂ ਇਹਨਾਂ ਟੋਲਿਆਂ ਦੀ ਭੀੜ ਚੋਂ ਕੋਈ ਨਲੂਆ ਟੋਲਦਾ, ਕਿੱਥਾ ਤੁਰ ਕੇ ਮੇਰੇ ਹੀਰੇ ਹੋ, ਕਿੱਥੇ ਚਲੇ ਗਏ ਮੇਰੇ ਪੁੱਤੋ, ਮੈਂ ਪੰਜਾਬ ਬੋਲਦਾ, ਕਿਉਂ ਨਸ਼ੇ ਚ ਉੱਜੜ ਗਏ ਮੇਰੇ ਪੁੱਤੋ, ਮੈਂ ਪੰਜਾਬ ਬੋਲਦਾ, ਕਿਉਂ ਸਿਰ ਤੇ ਦਸਤਾਰਾ ਬੰਨ ਸਮੀਰ ਪੇਚ ਗਏ ਮੇਰੇ ਪੁੱਤੋ, ਮੈਂ ਪੰਜਾਬ ਬੋਲਦਾ, ਮੈਂ ਪੰਜਾਬ ਬੋਲਦਾ। ਵਾਕਾ ਕੁਛ ਬੋਲਿਆ ਗਿਆ ਉਹ ਹੱਕ ਕੇ ਮਾਫੀ ਹੈ ਜੀ, ਤੇ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਮੀਡੀਆ ਵਾਸਤੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਤੇ ਅਲਟੀਮੇਟਮ ਦਿੱਤਾ ਹੈ ਸਰਕਾਰ ਨੂੰ ਕਿ ਜੇਕਰ ਉਹਨਾਂ ਨੇ ਜਲਦ ਤੋਂ ਜਲਦ ਚੈਨਲ ਪੰਥਕ ਚੈਨਲ ਜਾਂ ਪੰਜਾਬੀ ਚੈਨਲ ਨਾ ਆਨ ਕੀਤੇ ਤਾਂ ਉਹ ਪੰਥਕ ਮੀਡੀਆ ਵੱਲੋਂ ਇੱਕ ਵੱਡਾ ਐਕਸ਼ਨ ਲੈਣ ਦੇ, ਦਿਲੋਂ ਸਾਰੇ ਪੰਜਾਬ ਦੇ ਪੰਜਾਬੀ ਮੀਡੀਆ ਵੱਲੋਂ ਮੈਂ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ।
ਖਾਲਸਾ।